ਅੱਜ ਸਟੇਜ ਤੇ ਵਿਰਾਜਮਾਨ ਸਾਡੇ ਦਿੱਲੀ ਤੋਂ ਆਏ ਸੈਕਟਰੀ ਸਾਹਿਬ ਚੌਧਰੀ ਹਰੀਸ਼ ਜੀ, ਸਾਡੇ ਪੀਸੀਸੀ ਦੇ ਪ੍ਰਧਾਨ ਸੁਨੀਲ ਜਾਖੜ ਸਾਹਿਬ, ਮੰਤਰੀ ਮੰਡਲ ਦੇ ਮੇਰੇ ਸਾਥੀਓ, ਵਿਧਾਨ ਸਭਾ ਦੇ ਵਿੱਚ ਮੇਰੇ ਸਾਥੀਓ, ਕਾਂਗਰਸ ਪਾਰਟੀ ਦੇ ਉੱਘੇ ਅਹੁਦੇਦਾਰ ਸਾਹਿਬਾਨ ਖੁੱਡੀਆਂ ਜੀ, ਗੁਰਪ੍ਰੀਤ ਜੀ ਜੋ ਸਾਂਭੀ ਬੈਠੇ ਨੇ ਸਟੇਜ, ਔਰ ਇੱਥੇ ਬਿਰਾਜਮਾਨ ਅੱਜ ਕਾਂਗਰਸ ਦੀ ਇਹ ਵੱਡੀ ਰੈਲੀ ਦੇ ਵਿੱਚ ਮੇਰੇ ਵੀਰੋ ਤੇ ਭੈਣੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੇਰਾ ਖਿਆਲ ਹੈ ਕਿ ਮੇਰੀ ਸਿਆਸੀ ਜ਼ਿੰਦਗੀ ਦੇ ਵਿੱਚ ਜਿਹੜਾ ਅੱਜ ਮੈਂ ਰੈਲੀ ਦੇਖ ਰਿਹਾ ਕਾਂਗਰਸ ਪਾਰਟੀ ਦੀ, ਇਸ ਤੋਂ ਵੱਡੀ ਕਦੇ ਵੀ ਨਹੀਂ ਮੈਂ ਦੇਖੀ। ਤੁਹਾਨੂੰ ਸਾਰਿਆਂ ਨੂੰ ਵਧਾਈ ਹੋਏ, ਤੁਸੀਂ ਬੜੀ ਦੂਰ ਦੂਰ ਤੋਂ ਆਏ ਹੋ, ਔਰ ਜਦੋਂ ਮੈਂ ਹੁਣੀ ਆ ਰਿਹਾ ਸੀ ਤੇ ਮੈਂ ਦੇਖ ਰਿਹਾ ਸੀ ਕਿ 10 ਮੀਲ ਤੱਕ ਹਰੇ ਬੱਸਾਂ ਦੀ ਲਾਈਨ ਲੱਗੀ ਹੋਈ ਹੈ। ਕਿਸੇ ਨੇ ਕੋਈ ਕਸਰ ਨਹੀਂ ਛੱਡੀ ਹਿੰਮਤ ਕਰਨ ਚ, ਸੜਕਾਂ ਜਰਾ ਭੀੜੀਆਂ ਨੇ ਤੇ ਉਸ ਕਰਕੇ ਲੋਕ ਜਰਾ ਇੱਥੇ ਫਸ ਫੁਸ ਗਈਆਂ ਬੱਸਾਂ, ਲੇਕਿਨ ਜਿਹੜੇ ਨੇ ਵੀ ਹਿੰਮਤ ਕੀਤੀ ਉਹਨੇ ਪਹੁੰਚਣ ਦੀ, ਔਰ ਸਟੇਜ ਅੱਜ ਸਾਡੇ ਪੰਡਾਲ ਦੇ ਵਿੱਚ ਨਹੀਂ ਹੈ, ਉਹਨਾਂ ਨੂੰ ਵੀ ਮੈਂ ਬਹੁਤ ਧੰਨਵਾਦੀ ਹੈ ਕਿ ਤੁਸੀਂ ਕੋਸ਼ਿਸ਼ ਕੀਤੀ ਹੈ, ਤੁਸੀਂ ਪਿਆਰ ਦਿਖਾਇਆ ਸਾਨੂੰ। ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਅੱਜ ਇਹ ਰੈਲੀ ਕਿਉਂ, ਮੈਨੂੰ ਅੱਜ ਪੁੱਛ ਰਹੇ ਸੀ ਇੱਕ ਪੱਤਰਕਾਰ ਕਿ ਰੈਲੀ ਕਿਸ ਵਾਸਤੇ ਜੀ। ਮੈਂ ਇਹਨਾਂ ਨੂੰ ਕਿਹਾ ਕਿ ਹਿੰਦੁਸਤਾਨ ਦੀ ਸਿਆਸਤ ਵਿੱਚ ਇੱਕ ਲੋਕਾਂ ਦੇ ਨਾਲ ਸੰਪਰਕ ਜੋੜਨ ਵਾਸਤੇ ਰੈਲੀਆਂ ਹੁੰਦੀਆਂ ਨੇ। ਜ਼ਮਾਨਾ ਬਦਲ ਗਿਆ ਕੁਛ, ਟੈਲੀਵਿਜ਼ਨ ਆ ਗਈ, ਅੱਜ ਹੋਰ ਅਖਬਾਰ ਬੜੇ ਚੱਲ ਪਏ ਨੇ, ਲੇਕਿਨ ਇੱਕ ਜ਼ਮਾਨਾ ਹੁੰਦਾ ਸੀ ਕਿ ਲੋਕਾਂ ਨੂੰ ਇਕੱਠ ਕਰਕੇ ਸੰਬੋਧਿਤ ਕਰਨਾ ਸੀ, ਔਰ ਆਪਣੀ ਜਿਹੜੇ ਪ੍ਰੋਗਰਾਮ ਸੀ, ਗੱਲਾਂ ਸੀਆਂ, ਉਹਨਾਂ ਨੂੰ ਅਸੀਂ ਦਿੰਦੇ ਹੁੰਦੇ ਸੀ। ਪੁਰਾਣੀਆਂ ਗੱਲਾਂ ਤਾਂ ਛੱਡੋ, ਮੈਨੂੰ ਮੇਰੀ ਜ਼ਿੰਦਗੀ ਦੇ ਵਿੱਚ ਹੀ ਮੈਂ ਦੇਖਿਆ ਤਬਦੀਲੀ ਆਉਂਦੀ। ਮੈਂ ਦੇਖਿਆ ਉਹ ਦਿਨ ਜਦੋਂ ਇਕੱਠ ਹੁੰਦੇ ਸੀ ਔਰ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਸੀ, ਹਰ ਪਿੰਡ ਦੇ ਵਿੱਚ ਥੋੜ੍ਹੇ ਜਿਹੇ ਪਿੱਛੇ ਹੋ ਜਾਓ ਬੇਟਾ, ਪਿੱਛੇ ਬੰਦੇ ਦੇਖ ਨਹੀਂ ਸਕਦੇ। ਸੋ ਅਸੀਂ ਉੱਥੇ ਜਦ ਜਾਂਦੇ ਸੀ, ਹਰ ਪਿੰਡ ਵਿੱਚ ਇੱਕ ਇੱਕ ਵਾਰ ਆਉਂਦਾ ਸੀ, ਔਰ ਇੱਕ ਬੰਦਾ ਜਿਹੜਾ ਪੜ੍ਹਿਆ ਲਿਖਿਆ ਹੁੰਦਾ ਸੀ ਪਿੰਡ ਚੋਂ ਪੜ੍ਹ ਕੇ ਪਿੰਡ ਨੂੰ ਸੁਣਾਉਂਦਾ ਸੀ। ਤੋ ਇਸ ਕਿਸਮ ਦੀਆਂ ਗੱਲਾਂ ਨੇ ਜਿਹੜੀ ਤਬਦੀਲੀ ਆਈ ਹੈ, ਔਰ ਇਸ ਕਰਕੇ ਆਪਾਂ ਨੂੰ ਲੋੜ ਹੈ, ਔਰ ਇਹ ਸਿਰਫ ਲੋੜ ਮਿਲਣ ਦੀ ਨਹੀਂ। ਮੈਨੂੰ ਪਤਾ ਹੈ ਟੈਲੀਵਿਜ਼ਨ ਦੇ ਰਾਹੀਂ ਰੋਜ਼ ਇੱਕ ਲੋਕ ਸਮਝਦੇ ਨੇ, ਲੋਕ ਸੁਣਦੇ ਨੇ, ਲੋਕਾਂ ਨੂੰ ਪਤਾ ਹੈ ਕਿ ਹਿੰਦੁਸਤਾਨ ਔਰ ਦੁਨੀਆਂ ਦੇ ਵਿੱਚ ਕੀ ਹੋ ਰਿਹਾ ਹੈ, ਲੇਕਿਨ ਇਹ ਮਿਲਣਾ ਤੁਹਾਨੂੰ ਆਮਲੇ ਸਾਹਮਣੇ, ਇਹ ਵੀ ਜ਼ਰੂਰੀ ਹੁੰਦੀ ਹੈ ਸਿਆਸਤ ਵਿੱਚ। ਮੈਂ ਕਹਿਤਾ ਕਿ ਮੈਂ ਲੰਬੀ ਜਾ ਰਿਹਾ, ਪ੍ਰਕਾਸ਼ ਸਿੰਘ ਨੇ ਕਹਿਤਾ ਮੈਂ ਪਟਿਆਲੇ ਜਾ ਰਿਹਾ, ਮੈਂ ਕਿਹਾ ਜਾਓ ਬਾਈ, ਸਾਨੂੰ ਤਾਂ ਕੋਈ ਇਤਰਾਜ਼ ਨਹੀਂ, ਜਾਓ ਪਟਿਆਲੇ। ਔਰ ਹੁਣੀ ਮੈਂ ਕੁਰਸੀ 'ਚ ਬੈਠਾ ਸੀ ਤੇ ਮੈਨੂੰ ਖਬਰ ਆਈ ਕਿ ਪਟਿਆਲੇ 'ਚ ਇਹਨਾਂ ਨੇ 30,000 ਕੁਰਸੀਆਂ ਲਾਈਆਂ ਔਰ 19,000 ਭਰੀਆਂ ਹੋਈਆਂ ਨੇ। ਇੱਥੇ ਮੈਨੂੰ ਨਹੀਂ ਪਤਾ ਕਿੰਨਾ ਇਕੱਠ ਹੈ, 1 ਲੱਖ ਔਰ 2 ਲੱਖ ਦੇ ਦਰਮਿਆਨ ਇਕੱਠ ਹੋਣਾ ਆਪਣਾ, 2 ਲੱਖ ਤੋਂ ਉੱਪਰ ਮੈਂ ਤਾਂ ਅਖੀਰ ਤਾਂ ਦੇਖਦਾ ਹੀ ਨਹੀਂ ਕੁਛ। ਇਹ ਹੈ ਜਜ਼ਬਾ, ਇਹ ਹੈ ਜੋਸ਼, ਇਹ ਹੈ ਅਸਲੀ ਗੱਲ, ਜਿਹੜੇ ਦਿਲ ਦੀ ਗੱਲ ਲੋਕ ਸੁਣਨਾ ਆਉਂਦੇ ਨੇ ਜਾਂ ਆਏ ਨੇ ਇਸ ਕਰਕੇ। ਔਰ ਇਹ ਗੱਲਾਂ ਹੁੰਦੀਆਂ ਨੇ ਜਦੋਂ ਤੁਹਾਡੀ ਸਰਕਾਰ, 18 ਮਹੀਨੇ ਹੋ ਗਏ ਨੇ ਸਾਨੂੰ, ਜਿਹੜੀ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਤੁਹਾਨੂੰ ਪਸੰਦ ਆਈਆਂ ਨੇ, ਅਗਰ ਕੋਈ ਪਸੰਦ ਨਾ ਆਉਂਦੀਆਂ ਤਾਂ ਫਿਰ ਲੋਕਾਂ ਨੇ ਉਰੇ ਪਹੁੰਚਣਾ ਨਹੀਂ ਸੀ। ਆਪਾਂ ਬਰਗਾੜੀ ਦਾ ਮਸਲਾ ਸਾਰਿਆਂ ਦੇ ਮਨ ਚ ਹੈ, ਇਸ ਸਟੇਜ ਤੇ ਬਹੁਤ ਕੁਛ ਕਿਹਾ ਗਿਆ। ਜਿਸ ਦਿਨ ਉੱਥੇ ਗੋਲੀ ਚੱਲੀ ਸੀ ਉਸ ਤੋਂ ਅਗਲੇ ਸਵੇਰੇ ਮੈਂ ਪਹੁੰਚਿਆ ਬਰਗਾੜੀ, ਔਰ ਮੈਂ ਉੱਥੇ ਦੇਖਿਆ ਜੋ ਖੂਨ ਖਾਨ ਪਿਆ ਸੀ ਉੱਥੇ ਧਰਤੀ ਦੇ ਉੱਪਰ। ਇਸ ਤੋਂ ਇਲਾਵਾ ਪਿੰਡਾਂ ਜਾ ਕੇ ਦੋ ਬੰਦੇ ਮੁੰਡੇ ਤਾਂ ਮੰਜੇ 'ਚ ਪਏ ਸੀ, ਰੀੜ੍ਹ ਦੀ ਹੱਡੀ ਦੇ ਵਿੱਚੋਂ ਗੋਲੀ ਲੰਘ ਗਈ, ਔਰ ਉਹ ਸਿਰਫ ਉੱਥੇ ਉਹ ਉੱਠ ਵੀ ਨਹੀਂ ਸਕਦੇ, ਉਹਨਾਂ ਦੀ ਟੰਗ ਵੀ ਨਹੀਂ ਚੱਲਦੀਆਂ ਸੀ ਟੰਗਾਂ।
एक बाबा ने बाबे जी ने मैंने दिखाया अद्धा हाथी उड़ गया एक गोली नाल किते कोई टंग दे विच गोली किते मोढ़े दे विच गोली है क्या तरीका है तरीका काम करन दा ए लोक राज दे विच ए गल होए और मुख्यमंत्री थोड़ा उन्हूं पता ही नहीं कहते की हो रहा पहला जदों ए गल उठी सी ते असीं कहा कि मुख्यमंत्री साहब नूं पता होना चाहिंदा सी हुक्म तुसीं दित्ता या किहने दित्ता मैनूं तां पता नहीं जी मैं तां सुत्ता पिया सी जी कि क्यों सुत्ता पिया सी भाई तू मुख्यमंत्री है पंजाब दा अगर इहदा वाकया इत्थे कोले हुंदा तैनूं पता ही नहीं कहते की हो रहा है फिर पता लग्या जदों इहनां दा डीजीपी रिटायर होया उहनूं पहलां रणजीत सिंह कमिश्न ने सद्या सी गया नहीं पर 15 जून नूं रिटायर होया और जांदा जांदा लिख के दे गया कि आ हालात से 2 बजे सवेरे बादल ने मेरे नाल गल कीती और 2 बजे और 4 बजे के दरम्यान जिहड़े आईजी ड्यूटी ते से उमरा नंगल उहदे नाल मेरियां 22 वार गल्लां होईयां हुण तुसीं दसो कि जदों आईजी कोई हुक्म दिंदा है डीजीपी आईजी नूं और मुख्यमंत्री नूं मिलण तों बाद मुख्यमंत्री नूं पता ही नहीं कि उत्थे की गल होई है और क्यों है किने किसने हुक्म दिता और कैसे दिता है सब झूठ ताही अज एक बंदा जेड़ा 5 बार मुख्यमंत्री रहा इत्थे थोड़े हल्के चो इत्थों लंबी चो 5 बार और मैनू आ खुडिया साहब दिंदे ने एक डिमांड का चार्टर 13 चीजा जेड़िया समझते ने कि लंबी छोईया नहीं और होनिया चाहिदिया ने मैं करूंगा खुडिया जी लेकिन 5 बार मुख्यमंत्री रहा है कोई और है फिर ये छोटिया गल नहीं कर सकता जो मैं अज दिता है किस किस्म का बंदा है और 5 बार रह के मुख्यमंत्री पटियाले तुसी रैली करवानी है और पिंड पिंड जा रहे कहन कि मेरी रैली चाहो ये शर्म की गल्ला होंदिया ने और हुंदा उदों जदों लोगों नूं पता है कि इस बंदे ने यह धोखा किया साडे नाल और मैं तुहानूं अज दस दिंदा जिन्ना मर्जी ये लड़ ले जिन्ना मर्जी दा मुंडा लड़ ले अज मैं तुहानूं दिखा दिंदा ये हुण लोगों के विच ये बिल्कुल खत्म हो गए ने लोगों के कोल मन दे विच कहिंदे उतर गए ने और ना सुखबीर बादल ना कोई बड़ा बादल फिर इत्थे आऊगा और वाहिगुरू की कृपा हो पंजाब ते अगरे ना हो एक बिगाड़ पाता साढ़े नौजवानों के विच इहनू पता नहीं सी कि इत्थे किन्ने नशे चल रहे ने और किन्ने साढ़े नौजवान खराब हो रहे ने किस वास्ते बैठा सी मुख्यमंत्री दूजा उहदा गृहमंत्री सी डिप्टी चीफ मिनिस्टर सी उहनां नूं इह नहीं पता कि पाकिस्तान दे विचों हैरोइन आ रही है या कि होर आ रही है कि तुसीं कम अपना हथ चक्या इहनूं रोकण वास्ते मैनू बनाउणी पई एसटीएफ मैनू उहनां नूं हुक्म देने पए और 650 किलो चिट्टे दी असीं फड़ी है उस तों बाद जिहड़ी भी आई हुण पिछों आई उहदे वे असीं हथ पा लिया सी इह नहीं कर सकदे से किन्ने बिगाड़ते साडे बच्चे किन्ने मर गए ये नशे खा के कदे प्रकाश सिंह या उहदे मुंडे ने सोचा कि गरीबां दे बच्चे मरदे ने इस च जवाब दे लोगों नूं मैं जो पुछना चाहुंदा ये कहना कि जेड़े बंदे ने खिलाफ किया मैं एस एस पी हथकड़ी ला दूंगा फलाने ये कर दूंगा ये कोई तरीका काम चलना शर्म होनी चाहिए है अजे बंदे असी किया जेडे कर्जे ने साडे किसानां दे उपर इन्हां नूं नहीं पता सी 10 साल तो कि कर्जे ने साडे किसानां दे उपर तुहानूं पता किन्ना कर्जा साडा साडे 17.5 लाख परिवार ने किसानों ने उन्होंने 10 लाख 5 किले तो कट के मालिक ने और उन्होंने कर्जा 65,000 करोड़ रुपया है पंजाब को 65,000 करोड़ देने है नहीं लेकिन अगर ये 10 साल तो देंदे आने हूँ यह गल मुक जानी सी असी 2 लाख रुपया हर परिवार को दे रहे हैं और वाहिगुरु करे साड़ी आर्थिकता मजबूत होए और पंजाब अगले राह तुरन लग जाए
ਤੇ ਅਸੀਂ ਫਿਰ ਇਹ ਜਿਹੜਾ ਕੋਈ ਕਰਜ਼ਾ ਸਾਡੇ ਕੋਲ ਤੁਹਾਡੇ ਕੋਲ ਹੈ ਅਸੀਂ ਫਿਰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਨਹੀਂ ਕਿ ਇੱਕ ਵਾਰ ਦੇ ਕੇ ਅਸੀਂ ਇਹਨੂੰ ਬੰਦ ਕਰਤਾ, ਲੇਕਿਨ ਜਿੰਨੀ ਸਾਡੀ ਗੁੰਜਾਇਸ਼ ਹੈ ਉਹ ਤੁਹਾਡੇ ਸਾਹਮਣੇ ਅਸੀਂ ਰੱਖ ਰਹੇ ਹਾਂ। ਫਿਰ ਮੈਂ ਜਦੋਂ ਇਸੇ ਹਕੂਮਤ ਦੇ ਵਿੱਚ ਰੋਜ਼ ਮੇਰੇ ਕੋਲ ਲੋਕ ਆਉਂਦੇ ਸੀ ਕਿ ਝੂਠੇ ਪਰਚੇ ਸਾਡੇ 'ਤੇ ਹੋ ਗਏ ਨੇ, ਕਿਉਂ ਬਈ ਕਿਉਂ ਤੂੰ ਤੰਗ ਕਰ ਰਿਹਾ ਲੋਕਾਂ ਨੂੰ। ਮੈਨੂੰ ਜਸਟਿਸ ਮਹਿਤਾਬ ਸਿੰਘ ਕਮਿਸ਼ਨ ਬਿਠਾਉਣਾ ਪਿਆ ਔਰ ਉਸ ਕਮਿਸ਼ਨ ਦੇ ਵਿੱਚ ਮੈਨੂੰ ਕਹਿਣਾ ਪਿਆ ਕਿ ਜਿਨ੍ਹਾਂ ਦੇ ਝੂਠੇ ਪਰਚੇ ਨੇ ਤੁਸੀਂ ਉਹਨਾਂ ਦੇ ਕੋਲ ਜਾਓ, ਉਹਨਾਂ ਨੂੰ ਦੇਖਣ ਦਿਓ ਜੱਜ ਸਾਹਿਬ ਨੂੰ ਔਰ ਦੇਖ ਕੇ ਅਸੀਂ ਮਾਫ ਕਰਾਂਗੇ ਅਸੀਂ। ਔਰ ਉਹੀ ਹੋ ਰਿਹਾ ਹੁਣ ਇਸ ਵੇਲੇ 11/11 ਉਹਨਾਂ ਨੇ ਆਪਣੀ ਰਿਪੋਰਟਾਂ ਮੈਨੂੰ ਦੇਤੀਆਂ, ਹਾਲੇ 8-10 ਹੋਰ ਦੇਣੀਆਂ ਨੇ। ਔਰ ਜਿਹੜੇ ਜਿਹੜੇ ਝੂਠੇ ਆਪਣੇ ਪਰਚੇ ਸੀ ਉਹ ਹੁਣ ਤੋਂ ਹੀ ਬੰਦ ਖਤਮ ਹੋਣ ਲੱਗ ਗਏ ਨੇ। ਇਹ ਗੱਲਾਂ ਹੁੰਦੀਆਂ ਨੇ ਜਿਹੜੀਆਂ ਕਰਨ ਵਾਲੀਆਂ ਹੁੰਦੀਆਂ ਨੇ। ਬਰਗਾੜੀ ਦਾ ਮੈਂ ਫੇਰ ਕਰਨਾ ਚਾਹੁੰਦਾ ਤੁਹਾਨੂੰ, ਅਸੀਂ ਇਹਨਾਂ ਨੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਬਿਠਾਇਆ, ਇਹਨਾਂ ਦੇ ਸੋਚ ਦਾ ਜੱਜ ਸੀ ਉਹ। ਜੱਜ ਨੇ ਆਪਣੀ ਰਿਪੋਰਟ ਦਿੱਤੀ, ਪਹਿਲਾਂ ਤਾਂ ਆਪ ਮੁੱਖ ਮੰਤਰੀ ਸਾਹਿਬ ਨੇ ਲਿੱਤੀ ਨਹੀਂ, ਕਿਸੇ PA ਨੂੰ ਕਹਿਤੀ ਕਿ ਤੁਸੀਂ ਜੱਜ ਤੋਂ ਫੜ ਲਓ ਇਹ ਜਿਹੜੀ ਰਿਪੋਰਟ ਹੈ। ਔਰ ਫਿਰ ਜਿਹੜਾ ਕੋਈ ਜੱਜ ਨੇ ਕਿਹਾ ਸੀ ਉਹ ਵੀ ਰੱਦ ਕਰਤਾ, ਜੱਜ ਨੂੰ ਜੱਜ ਦੀ ਗੱਲ ਹੀ ਨਹੀਂ ਸੁਣੀ। ਫਿਰ ਅਸੀਂ ਆਏ, ਅਸੀਂ ਇਸ ਕਮਿਸ਼ਨ ਨੂੰ ਰੱਦ ਕਰਤਾ ਔਰ ਰਣਜੀਤ ਸਿੰਘ ਕਮਿਸ਼ਨ ਬਿਠਾਇਆ, ਜਸਟਿਸ ਰਣਜੀਤ ਸਿੰਘ ਕਮਿਸ਼ਨ। ਉਹਨੇ 183 ਪੇਜ ਦੀ ਰਿਪੋਰਟ ਦਿੱਤੀ ਔਰ 400-500 ਸਫ਼ੇ ਹੋਰ ਸੇ ਇਹਦੇ ਨਾਲ ਸਪੋਰਟ ਕਰਨ ਵਾਸਤੇ। ਔਰ ਉਹ ਅਸੀਂ ਉਸ ਨੂੰ ਜੱਜ ਸਾਹਿਬ ਨੇ ਲਿਖਿਆ ਕਿ ਆਹ ਸਭ ਕੁਛ ਹੋਇਆ ਸੀ ਉੱਥੇ, ਆਹ ਬੰਦੇ ਜ਼ਿੰਮੇਵਾਰ ਨੇ, ਲੇਕਿਨ ਮੈਂ ਹੁਣ ਰਿਟਾਇਰ ਹੋ ਗਿਆ, ਮੈਂ ਇਹਦੇ ਕੋਈ ਹੁਕਮ ਨਹੀਂ ਸੁਣਾ ਸਕਦਾ, ਇਹਨੂੰ ਤੁਸੀਂ ਕਿਸੇ ਪੁਲਿਸ ਅਫਸਰ ਦੇ ਰਾਹੀਂ ਦੁਬਾਰਾ ਇਹ ਸਾਰਾ ਮੇਰਾ ਕੇਸ ਉਹਨਾਂ ਨੂੰ ਦੇ ਦਿਓ। ਅਤੇ ਵਿਧਾਨ ਸਭਾ ਦੇ ਵਿੱਚ ਸਾਡੀ ਮੀਟਿੰਗ ਹੋਈ, ਉੱਥੇ ਕਈ ਸੋਚਾਂ ਸੀਆਂ, ਕੋਈ ਕਹਿੰਦੇ ਸੀ ਕਿ ਇਸ ਨੂੰ CBI ਨੂੰ ਦਿਓ, ਪਰ 100% ਵਿਧਾਨ ਸਭਾ ਨੇ ਇਹ ਕਿਹਾ ਕਿ ਨਹੀਂ, ਆਪਣੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਪੰਜਾਬ ਪੁਲਿਸ ਦੀ ਤੁਸੀਂ ਬਣਾਓ ਔਰ ਉਹਨਾਂ ਨੂੰ ਇਹ ਦਿਓ। ਵਿਧਾਨ ਸਭਾ ਦੇ ਕਹੇ ਤੇ ਉਹਨਾਂ ਨੂੰ ਬਣਾਇਆ, ਉਹ ਹੁਣ ਇਹ ਸਾਰੀਆਂ ਗੱਲਾਂ ਦੇਖਦੇ ਨੇ। ਮੈਨੂੰ ਰੋਜ਼ ਪੁੱਛਦੇ ਨੇ ਲੋਕ ਕਿ ਬਾਦਲ ਨੂੰ ਕਦੋਂ ਫੜੋਂਗੇ ਜੀ। ਹੁਣ ਮੈਂ ਤੁਸੀਂ ਬਣਵਾਇਆ ਰਿਪੋਰਟ ਇਹ ਜਿਹੜੀ ਕਮਿਸ਼ਨ ਹੈ, ਔਰ ਕਮਿਸ਼ਨ ਜਦੋਂ ਆਪਣਾ ਰਿਪੋਰਟ ਸੁਣਾਊਗੀ ਅਸੀਂ ਫਿਰ ਇਹ ਜਾਏਗੀ ਅਦਾਲਤ ਦੇ ਵਿੱਚ ਔਰ ਉੱਥੋਂ ਹੁਕਮ ਹੋਊਗਾ ਜਿਹਨੂੰ ਫੜਨਾ ਜਿਹਨੂੰ ਨਹੀਂ ਫੜਨਾ। ਮੈਂ ਇੱਕ ਹਿੰਦੁਸਤਾਨ ਦੇ ਵਿੱਚ ਕਾਨੂੰਨ ਹੈ, ਸੰਵਿਧਾਨ ਹੈ, ਅਸੀਂ ਐਂ ਨਹੀਂ ਕਿ ਜੈਸੇ ਅਕਾਲੀ ਕਰਦੇ ਸੀ ਕਿ ਕਿਸੇ ਨੂੰ ਇੱਥੋਂ ਫੜ ਕੇ ਇੱਥੋਂ ਕਿ ਮੇਰਾ ਇਹਦਾ ਚਿਹਰਾ ਪਸੰਦ ਨਹੀਂ ਮੈਂ ਇਹਨੂੰ ਚੱਕ ਕੇ ਅੰਦਰ ਕਰ ਦਿਓ, ਇਹ ਕੋਈ ਤਰੀਕਾ ਹੈ ਕਰਨ ਦਾ? ਸੋ ਅਸੀਂ ਜੋ ਕਾਨੂੰਨ ਹੈ ਮੁਲਕ ਦਾ ਉਸ ਮੁਲਕ ਦੇ ਕਾਨੂੰਨ ਦੇ ਅਧੀਨ ਚੱਲਦੇ ਹੋਏ ਅਸੀਂ ਇਨਵੈਸਟੀਗੇਸ਼ਨ ਕਰਾਵਾਂਗੇ ਔਰ ਜਦੋਂ ਆਏਗੀ ਅਸੀਂ ਉੱਥੇ ਉਹਨੂੰ ਪਹੁੰਚਾਵਾਂਗੇ ਉੱਥੇ ਟ੍ਰਾਇਲ ਕੋਰਟ ਦੇ ਵਿੱਚ। ਔਰ ਅਗਰ ਉਹਦੇ ਵਿੱਚ ਬਾਦਲ ਮੁੱਖ ਮੰਤਰੀ ਦੇ ਤੌਰ ਤੇ ਜਾਂ ਸੁਖਬੀਰ ਸਿੰਘ ਗ੍ਰਹਿ ਮੰਤਰੀ ਔਰ ਡਿਪਟੀ ਚੀਫ ਦੇ ਤੌਰ ਤੇ ਜਾਂ ਹੋਰ ਵੀ ਕਿਸੇ ਦਾ ਨਾਂ ਉਹਦੇ 'ਚ ਆਏਗਾ, ਉਹ ਰਿਪੋਰਟ ਦੇ ਵਿੱਚ ਉਹ SIT ਕਹੇਗੀ ਇਹਨਾਂ 'ਤੇ ਕੇਸ ਚੱਲੇ, ਉਹ ਕੇਸ ਚੱਲੇਗਾ, ਇਹ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦਾ। ਔਰ ਅਸੀਂ ਪੂਰਾ ਇਹਦੀ ਪੜਤਾਲ ਕਰਵਾ ਕੇ ਇਹਦਾ ਹੱਲ ਕਢਾ ਮੈਂ, ਔਰ ਇਹ ਬੰਦੇ ਜਿਹਨਾਂ ਨੇ ਹੁਕਮ ਦਿੱਤੇ ਨੇ ਉਹ ਗਰੀਬਾਂ ਨੂੰ ਮਰਵਾਇਆ, ਗੋਲੀ ਚਲਵਾਈ ਹੈ, ਉਹਨਾਂ ਨੂੰ ਭੁਗਤਣਾ ਪਊ। ਅੱਜ ਤੁਹਾਨੂੰ ਪਤਾ ਹੈ ਜਦੋਂ ਅਸੀਂ ਹਕੂਮਤ ਦੇ ਵਿੱਚ ਆਏ ਸੀ ਸਾਡੇ ਕੋਲ ਪੈਸਾ ਕੁਛ ਨਹੀਂ ਸੀ, 2,08,000 ਕਰੋੜ ਦਾ ਲੱਖ ਕਰੋੜ ਰੁਪਈਏ ਦਾ ਕਰਜ਼ਾ ਸੀ ਸਾਡੇ 'ਤੇ। ਆਹਿਸਤਾ ਠੀਕ ਕੀਤਾ, ਸੁਧਾਰ ਲਿਆਏ, ਅੱਜ ਇੰਡਸਟਰੀ ਸਾਡੇ ਵੱਲ ਝਾਕ ਰਹੀ ਹੈ। ਇੰਡਸਟਰੀ ਲਿਆਉਣੀ ਸਾਡੇ ਵਾਸਤੇ ਬੜੀ ਜ਼ਰੂਰੀ ਇਸ ਲਈ ਹੈ ਕਿ ਇੱਕ ਤਾਂ ਟੈਕਸ ਲੱਗਣਗੇ, ਉਹ ਟੈਕਸ ਜਾਊ ਸਾਡੇ ਖਜ਼ਾਨੇ 'ਚੋਂ, ਖਜ਼ਾਨੇ ਦਾ ਟੈਕਸ ਫਿਰ ਅਸੀਂ ਤੁਹਾਡੇ 'ਤੇ ਲਾ ਸਕਦੇ ਹਾਂ ਇੱਥੇ ਡਿਵੈਲਪਮੈਂਟ, ਆਪਣੇ ਪਿੰਡਾਂ ਦੀ ਡਿਵੈਲਪਮੈਂਟ ਵਾਸਤੇ। ਔਰ ਨਾਲੇ ਉਸ ਇੰਡਸਟਰੀ ਦੇ ਵਿੱਚ ਸਾਡੇ ਬੱਚੇ ਨੌਕਰ ਲਗਾ ਸਕਦੇ ਹਾਂ। ਔਰ ਤੁਹਾਨੂੰ ਖੁਸ਼ੀ ਹੋਏਗੀ ਇਹ ਸੁਣ ਕੇ ਕਿ ਸਾਡੇ 18 ਮਹੀਨਿਆਂ ਦੇ ਵਿੱਚ 3,60,000 ਨੌਕਰੀ ਅਸੀਂ ਲਾ ਚੁੱਕੇ ਹਾਂ। ਇੱਕ ਦਿਨ 'ਚ 800 ਨੌਕਰੀ ਲੱਗ ਰਹੀ ਹੈ ਪੰਜਾਬ ਦੇ ਵਿੱਚ ਇਸ ਵੇਲੇ, 800 ਬੱਚਿਆਂ ਦੀ ਨੌਕਰੀ ਇਹ ਰੋਜ਼ ਲੱਗ ਰਹੀ ਹੈ ਔਰ ਅੱਜ 3,80,000 ਹੋ ਚੁੱਕਿਆ। ਜਿੱਥੇ ਤਾਈ
ਕਰਜ਼ਾ ਮਾਫੀ ਦੀ ਗੱਲ ਸੀ, ਉਹ 10,25,000 ਕਿਸਾਨਾਂ ਨੂੰ ਦੇਣੀ ਸੀ, ਅੱਜ 3,50,000 ਕਿਸਾਨਾਂ ਨੂੰ ਦੇ ਚੁੱਕੇ ਹਾਂ। ਔਰ ਇਸ ਮਹੀਨੇ ਆ ਗਿਆ, 10ਵਾਂ ਮਹੀਨਾ ਆ ਗਿਆ, ਇਹਦੇ ਵਿੱਚ ਸਾਡਾ ਤਕਰੀਬਨ 1,05,000 ਹੋਰ ਕਿਸਾਨਾਂ ਨੂੰ ਮਿਲੂਗਾ। ਅਸੀਂ ਪੈਸੇ ਦਾ ਪ੍ਰਬੰਧ ਕਰ ਲਿਆ, 4.5 ਲੱਖ ਹੋ ਜਾਣਗੇ। ਔਰ ਮੇਰੀ ਕੋਸ਼ਿਸ਼ ਹੈ ਕਿ 31 ਦਸੰਬਰ ਤੋਂ ਪਹਿਲਾਂ ਮੈਂ 10.25 ਲੱਖ ਪੂਰੇ ਕਰ ਦੇਵਾਂ ਔਰ ਸਾਰਿਆਂ ਨੂੰ ਇਹ ਪੈਸਾ ਮਿਲ ਸਕੇ। ਸੋ ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਦੱਸ ਰਿਹਾ ਕਿਉਂਕਿ ਕਈ ਗੱਲਾਂ ਅਕਾਲੀਆਂ ਬਣਾ ਲੈਂਦੇ ਨੇ ਕਹਾਣੀਆਂ, ਕਈ ਕੋਈ ਟੈਲੀਵਿਜ਼ਨ ਕੋਈ ਖੱਬੇ ਚੱਪ ਤੁਰ ਪੈਂਦਾ, ਕੋਈ ਸੱਜੇ ਤੁਰ ਪੈਂਦਾ, ਜੋ ਅਸਲੀਅਤ ਹੈ ਉਹ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਤਾਂ ਕਿ ਤੁਹਾਨੂੰ ਪਤਾ ਲੱਗੇ। ਵਾਅਦਾ ਕੀਤਾ ਸੀ ਅਸੀਂ ਕਿ ਗਰੀਬਾਂ ਦਾ ਪ੍ਰਬੰਧ ਕਰਾਂਗੇ, ਹੁਣ ਪੈਨਸ਼ਨ ਦੇਖੋ ਰੋਜ਼ ਮਿਲ ਰਹੀ ਹੈ, ਬੁਢਾਪਾ ਪੈਨਸ਼ਨ 750 ਰੁਪਏ, ਕਿਸੇ ਨੂੰ ਨਹੀਂ ਮਿਲੀ ਤਾਂ ਦੱਸੋ ਮੈਨੂੰ, ਹਰ ਮਹੀਨੇ ਪੈਨਸ਼ਨ ਤੁਹਾਡੀ ਮਿਲੇਗੀ। ਫਿਰ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਅਧੀਨ 9,000 ਪਰਿਵਾਰਾਂ ਨੂੰ, ਜਿਹੜੇ ਗਰੀਬ ਤੋਂ ਗਰੀਬ ਪਰਿਵਾਰ ਨੇ ਸਾਡੇ ਸੂਬੇ ਦੇ, ਉਹਨਾਂ ਨੂੰ ਅਸੀਂ ਜਿਹੜਾ ਕੁਛ ਵੀ ਉਹਨਾਂ ਦੇ ਲੋੜ ਹੈ ਉਹ ਅਸੀਂ ਉਹਨਾਂ ਦਾ ਪ੍ਰਬੰਧ ਕਰ ਰਹੇ ਹਾਂ। ਔਰ ਇੱਕ ਹੋਰ ਤੁਹਾਨੂੰ ਖੁਸ਼ੀ ਹੋਏਗੀ ਸੁਣ ਕੇ ਕਿ ਸਾਡੇ ਪੰਜਾਬ ਦੀ ਆਬਾਦੀ 61 ਲੱਖ ਹੈ ਔਰ ਸੈਂਟਰ ਦੀ ਸਰਕਾਰ 14 ਲੱਖ ਦਾ ਸਿਹਤ ਦਾ ਬੀਮਾ ਕਰਾਉਂਦੇ ਸੀ, ਅਸੀਂ ਇਸ 14 ਲੱਖ ਨੂੰ 42 ਲੱਖ ਤੇ ਲੈ ਗਏ ਹਾਂ। ਫਿਰ ਸਰਕਾਰੀ ਨੌਕਰਾਂ ਨੂੰ ਸ਼ਾਮਿਲ ਕਰਕੇ 50 ਲੱਖ ਦੇ ਕਰੀਬ ਹੋ ਜਾਣਾ ਹੈ, ਸਿਰਫ 10 ਲੱਖ ਰਹਿ ਜਾਣਗੇ, ਉਹ ਵੀ ਵੱਡੇ ਪਰਿਵਾਰ, ਵੱਡੇ ਘਰਾਂ ਦੇ, ਵੱਡੇ ਜਿਨ੍ਹਾਂ ਦੀ ਆਪਣੀ ਰੋਟੀ ਕਮਾਉਣ ਦੀ ਸ਼ਕਤੀ ਹੈ। ਸਾਰੇ ਗਰੀਬ ਪੰਜਾਬ ਦੇ ਉਹਨਾਂ ਨੂੰ 5 ਲੱਖ ਰੁਪਏ ਦਾ ਬੀਮਾ ਲੱਗੇਗਾ, ਤੁਸੀਂ ਕਿਸੇ ਵੀ ਹਸਪਤਾਲ ਜਾਓ ਆਪਣੀ ਇਲਾਜ ਵਗੈਰਾ ਕਰਾਉਣ ਲਈ। ਦੇਖੋ ਅਕਾਲੀ ਦਲ ਕਹਿੰਦਾ ਸੀ ਅਸੀਂ ਪਿੰਡਾਂ ਤੋਂ ਤਾਕਤ ਪਕੜਦੇ ਹਾਂ, ਕੋਈ ਵੀ ਖਰੀਦ ਹੋਈ ਜਿੱਥੇ ਕੋਈ ਗੜਬੜ ਨਹੀਂ ਹੋਈ ਕੀਤੀ ਇਹਨਾਂ ਨੇ, ਪਤਾ ਨਹੀਂ ਕੀ ਕਰਦੇ ਸੀ। ਮੇਰਾ ਖਿਆਲ ਹਰ ਜਥੇਦਾਰ ਆਪਣੇ ਇੱਕ ਬੋਰੀ ਦਾ ਕੋਈ ਕਮਿਸ਼ਨ ਰੱਖਦਾ ਸੀ, ਪਤਾ ਨਹੀਂ ਕੀ ਕਰਦਾ ਸੀਗਾ, ਲੇਕਿਨ ਆਪਣੀਆਂ 4 ਹੁਣ ਖਰੀਦਾਂ ਹੋ ਚੁੱਕੀਆਂ ਨੇ। ਔਰ ਖੁਸ਼ੀ ਇਸ ਗੱਲ ਦੀ ਹੈ ਮੈਨੂੰ ਕਿ ਇੱਕ ਤਾਂ ਸਮੇਂ ਸਿਰ ਹੋਏ, ਪੈਸੇ ਸਮੇਂ ਸਿਰ ਮਿਲੇ, ਲੇਕਿਨ ਜਿਹੜੀਆਂ ਫਸਲਾਂ ਆਈਆਂ ਨੇ ਮੈਂ ਤੁਹਾਨੂੰ ਆਂਕੜੇ ਦੱਸਣਾ ਚਾਹੁੰਦਾ, ਜਿਹੜੇ ਤੁਸੀਂ ਖੁਸ਼ ਹੋਗੇ ਸੁਣ ਕੇ ਕਿ ਅਪ੍ਰੈਲ 2017 ਚ 16 ਨਾਲੋਂ ਅਸੀਂ ਆ ਗਏ ਸੀ ਫਰਵਰੀ ਦੇ ਵਿੱਚ, 16 ਨਾਲੋਂ 72% ਜ਼ਿਆਦਾ ਕਣਕ ਹੋਈ ਹੈ, ਠੀਕ ਹੈ। ਫਿਰ 18 ਚ 33% ਜ਼ਿਆਦਾ, 17 ਨਾਲੋਂ ਜ਼ਿਆਦਾ ਕਣਕ ਹੋਈ ਹੈ ਸਾਡੀ ਇੱਥੇ। ਝੋਨਾ 2017 ਚ 16 ਨਾਲੋਂ 32%, ਉਹ ਵੀ ਝੋਨਾ ਅੱਗੇ ਵਾਧੂ, ਔਰ ਹੁਣ 18 ਚ 43% ਝੋਨਾ ਵਧਿਆ ਪਿਛਲੇ ਸਾਲ ਨਾਲੋਂ, ਜਿਹੜੀ ਹੁਣ ਮੰਡੀ ਦੇ ਵਿੱਚ ਜਾ ਰਹੀ ਹੈ ਸਾਡੀ। ਇਹਦਾ ਮਤਲਬ ਕਿ ਲੋਕਾਂ ਦੇ ਕੋਲ, ਕਿਸਾਨਾਂ ਦੇ ਕੋਲ ਜਿੰਨਾ ਪਹਿਲਾਂ ਆਉਂਦਾ ਸੀ ਜਦੋਂ ਅਕਾਲੀ ਸੀ, ਉਸ ਤੋਂ ਆਉਣ ਤੋਂ, ਸਾਡੇ ਆਉਣ ਤੋਂ ਬਾਅਦ 30,000 ਕਰੋੜ ਰੁਪਈਆ ਫਾਲਤੂ ਇਹ ਉਹਨਾਂ ਦੇ ਕੋਲ ਪਹੁੰਚਿਆ ਹੋਇਆ। ਜਿੰਨਾ ਅਗਰ ਤੁਸੀਂ 10,000 ਕਮਾਉਂਦੇ ਸੀ ਤੇ ਹੁਣ ਤੁਸੀਂ 13,000 ਕਮਾਉਣ ਲੱਗ ਗਏ ਹੋ, ਕਿਉਂਕਿ ਰੇਟ ਵੀ ਚੰਗੇ, ਖਰੀਦ ਵੀ ਪੂਰੀ, ਔਰ ਹਿੰਮਤ ਤੁਹਾਡੀ, ਬੀਜ ਠੀਕ, ਆ ਨਰਮਾ ਅੱਛਾ ਆ ਰਿਹਾ, ਉਹ ਚਿੱਟਾ ਨਹੀਂ ਥਿਆਉਂਦਾ, ਕਿਉਂ ਆ ਥਿਆਉਂਦਾ ਸੀ ਚਿੱਟਾ ਉਹਨਾਂ ਦੇ ਸਮੇਂ, ਦੋਨੋਂ ਕਿਸਮ ਦੇ ਚਿੱਟੇ ਉਹੀ ਸਮਝਦੇ ਸੀ, ਬੱਚਿਆਂ ਨੂੰ ਖਰਾਬ ਕਰਨ ਦਾ ਵੀ ਔਰ ਕਣਕ ਆਪਣੇ ਆਪਣੇ ਨਰਮੇ ਖਰਾਬ ਕਰਨ ਦਾ ਵੀ। ਸੋ ਇਹ ਗੱਲਾਂ ਸੋਚਣੀਆਂ ਤੁਹਾਨੂੰ ਪੈਣਗੀਆਂ ਔਰ ਆਪਣੇ ਦਿਮਾਗ ਤੁਹਾਨੂੰ ਰੱਖਣੀਆਂ ਪੈਣਗੀਆਂ ਕਿ ਕੀ ਉਹ ਕਰਾਉਂਦੇ ਹਨ। ਮੈਂ ਤੁਹਾਨੂੰ ਇਸ ਲਈ ਦੱਸ ਰਿਹਾ ਕਿ ਪਤਾ ਨਹੀਂ ਹੁਣ ਤਾਂ ਅਗਲੀ ਅਪ੍ਰੈਲ ਦੇ ਵਿੱਚ ਜਦੋਂ ਵੱਡੀ ਚੋਣ ਹੋਣੀ ਹੈ, ਉਹ ਚੋਣਾਂ ਆ ਰਹੀਆਂ ਨੇ, ਪਾਰਲੀਮੈਂਟ ਦੀ ਚੋਣਾਂ, ਲੇਕਿਨ ਇਹ ਗੱਲਾਂ ਹੁਣ ਤੋਂ ਤੁਸੀਂ ਆਪਣੇ ਮਨ 'ਚ ਬਸਾ ਲਓ ਔਰ ਯਾਦ ਰੱਖੋ ਕਿ ਆਪਾਂ ਨੇ ਇੱਕ ਹਕੂਮਤ ਬਣਾਉਣੀ ਹੈ ਦਿੱਲੀ ਦੇ ਵਿੱਚ ਜਿਹੜੀ ਲੋਕ ਪ੍ਰਤੀ ਹੋਵੇ। ਹੁਣ ਬਰਕਾੜੀ ਦੀ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਪਹਿਲੇ ਦਿਨ ਗੋੜੀ ਤੋਂ ਬਾਅਦ ਮੈਂ ਗਿਆ ਸੀ, 4 ਦਿਨਾਂ ਬਾਅਦ ਸਾਡੇ ਕਾਂਗਰਸ ਦੇ ਪ੍ਰੈਜੀਡੈਂਟ ਰਾਹੁਲ ਗਾਂਧੀ ਜੀ ਆ ਗਏ ਸੀ ਔਰ ਮੈਂ ਉਹਨਾਂ ਨਾਲ ਦੁਬਾਰਾ ਪਿੰਡ ਹੋਏ, ਪਿੰਡਾਂ ਦੇ ਵਿੱਚ ਉਹਨਾਂ ਜਿਹੜੇ ਗਰੀਬ ਜਿਹੜੇ ਜ਼ਖਮੀ ਪਏ ਸੀ ਉਹਨਾਂ ਨੂੰ ਮਿਲਣ ਆਇਆ ਸੀ। ਇਹ ਹੈ ਲੋਕ ਪ੍ਰਤੀਤਾ, ਆਇਆ ਬਾਦਲ ਬਰਗਾੜੀ, ਗਿਆ ਬਾਦਲ ਬਹਿਬਲ ਕਲਾਂ, ਕੋਟ ਕਪੂਰੇ ਜਿੱਥੇ ਗੋਲੀ ਚੱਲੀ ਸੀ ਗਿਆ ਨਹੀਂ ਗਿਆ, ਪਿਆਰ ਨਹੀਂ, ਤੈਨੂੰ ਪਤਾ ਨਹੀਂ ਕੀ ਹੋਇਆ ਇੱਥੇ ਲੋਕਾਂ ਨੂੰ, ਉਹਨਾਂ ਨੇ ਪਰਿਵਾਰਾਂ ਨੂੰ ਵੀ ਨਹੀਂ ਤੂੰ ਜਾ ਕੇ ਉੱਥੇ
ਹੱਲਾ ਸ਼ੇਰੀ ਕੋਈ ਦੇ ਸਕਦਾ? ਇਹ ਗੱਲਾਂ ਨਹੀਂ ਭੁੱਲਣੀਆਂ ਚਾਹੀਦਾ। ਲੋਕ ਪ੍ਰੀਤ ਪ੍ਰਿਯਤਾ, ਲੋਕਾਂ ਨਾਲ ਜਿੱਥੇ ਪਿਆਰ ਹੋਵੇ ਉਸ ਪਾਰਟੀ ਨਾਲ ਤੁਸੀਂ ਦਿਓ। ਔਰ ਇਹ 2019 ਦੇ ਵਿੱਚ ਇੱਥੇ ਦੇਸ਼ ਦੀ ਇਲੈਕਸ਼ਨ ਆ ਰਹੀ ਹੈ, ਉਹਦੇ ਵਿੱਚ ਆਪਾਂ ਸਾਰੇ ਇਕੱਠੇ ਹੋਈਏ। ਔਰ ਜੈਸੇ ਅੱਜ ਸੁਨੀਲ ਜੀ ਨੇ ਕਿਹਾ, ਸਾਨੂੰ ਪਰਸੋਂ ਦਿੱਲੀ ਸੱਦਿਆ ਸੀ ਇਹ ਪੁੱਛਣ ਲਈ ਕਿ ਤੁਸੀਂ ਕਿਸੇ ਨਾਲ ਇੱਥੇ ਕੋਇਲੇਸ਼ਨ ਕਰਨੀ ਹੈ, ਇਲੈਕਸ਼ਨ ਦੇ ਵਿੱਚ ਕੋਈ ਪਾਰਟੀ ਜੋੜਨੀ ਹੈ। ਅਸੀਂ ਕਿਹਾ ਜੀ ਮਾਫ਼ ਕਰੋ, ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਸਾਨੂੰ ਨਾ ਆਪ ਆਦਮੀ ਚਾਹੀਦਾ, ਨਾ ਅਕਾਲੀ ਦਲ ਚਾਹੀਦੀ ਹੈ, ਨਾ ਬੀਜੇਪੀ ਚਾਹੀਦੀ ਹੈ, ਕੋਈ ਨਹੀਂ ਚਾਹੀਦਾ। ਸਾਨੂੰ ਤਾਂ ਪੰਜਾਬ ਦੇ ਲੋਕ ਸਾਡੇ ਨਾਲ ਨੇ, ਕਾਂਗਰਸ ਪਾਰਟੀ ਨੇ ਮੋਰਚਾ ਫਤਿਹ ਆਪਣੇ ਆਪ ਹੀ ਕਰ ਲੈਂਦਾ, ਸਾਨੂੰ ਲੋੜ ਹੀ ਨਹੀਂ ਕਿਸੇ ਚੀਜ਼ ਦੀ। ਔਰ ਉਹ ਹੈ ਤੁਸੀਂ ਜਿਨ੍ਹਾਂ ਦਾ ਦਿਲ ਭਰਿਆ ਹੋਇਆ ਸਾਡੇ ਵਾਸਤੇ, ਔਰ ਜਿਸ ਨਾਰਿਆਂ ਦੇ ਨਾਲ ਤੁਸੀਂ ਜੋਸ਼ ਨਾਲ ਉਰੇ ਮਾਰ ਰਹੇ। ਅੱਜ ਮੈਂ ਇੱਕ ਮੌਕਾ ਹੋਰ ਮਿਲਿਆ ਮੈਨੂੰ ਕਹਿਣ ਦਾ, ਅੱਜ ਲਾਲ ਸਿੰਘ ਜੀ ਬੈਠੇ ਨੇ ਸਾਡੇ ਮੰਡੀ ਬੋਰਡ ਦੇ ਚੇਅਰਮੈਨ, 10 ਸਾਲ ਰਹੀ ਹੈ ਅਕਾਲੀ ਪਾਰਟੀ ਉਰੇ। ਇੱਕ ਲਿੰਕ ਰੋਡ ਦੀ ਮੁਰੰਮਤ ਨਹੀਂ ਕੀਤੀ। ਜਦ ਮੈਂ ਲਿੰਕ ਰੋਡਾਂ ਦੇ ਵਿੱਚ ਘੁੰਮ ਰਿਹਾ ਸੀ ਪਿੰਡਾਂ ਦੇ ਵਿੱਚ, ਕਿਤੇ ਕਿਤੇ 100-100 ਗਜ਼ ਸੜਕ ਹੀ ਨਹੀਂ ਹੈ, ਸਭ ਕੁਝ ਉੜ ਗਿਆ, ਉੱਥੇ ਟੋਏ ਤੱਕ ਹੀ ਪੈਣੇ ਸੀ। ਅਸੀਂ ਐਤਕੀ ਤਾਂ ਲਾਲ ਸਿੰਘ ਜੀ ਨੇ 15,000 ਕਿਲੋਮੀਟਰ ਦੀ ਸ਼ੁਰੂਆਤ ਕਰ ਦਿੱਤੀ ਸੜਕ ਬਣਾਉਣ ਦੀ, ਔਰ ਸਾਡੀ ਪੂਰੀ ਸਰਕਾਰ ਸਾਰੇ ਅਗਲੇ ਸਾਲ ਤੱਕ ਸਾਰੇ ਪਿੰਡਾਂ ਦੇ ਵਿੱਚ ਲਿੰਕ ਰੋਡ ਨਵੇਂ ਬਣ ਜਾਣਗੇ, ਤਾਂ ਕਿ ਆਹ ਮੁਸੀਬਤ ਜੋ ਆਪਾਂ ਹੁਣ ਡਾ ਰਹੇ ਹਾਂ, ਟੋਏ ਨੇ, ਸੜਕਾਂ ਹੀ ਉੱਡ ਗਈਆਂ ਜਾਂ ਲੋਕ ਉੱਥੇ ਚੱਲ ਨਹੀਂ ਸਕਦੇ, ਇਹ ਸਾਰਾ ਕੁਛ ਖਤਮ ਹੋ ਜਾਏਗਾ। ਅਤੇ ਅੱਜ ਮੈਂ ਲੰਬੀ ਆਉਣ ਦੀ ਮੈਨੂੰ ਖੁਸ਼ੀ ਹੈ, ਮੈਂ ਜਾਣਦਾ ਮੈਂ ਨਹੀਂ ਆ ਸਕਿਆ ਪਹਿਲਾਂ, ਪਰ ਜੈਸੇ ਮੈਂ ਤੁਹਾਨੂੰ ਕਿਹਾ ਕਿ ਮੇਰਾ ਤੁਸੀਂ ਭੇਜਿਆ ਪੰਜਾਬ ਦੇ ਲੋਕਾਂ ਨੇ ਪੰਜਾਬ ਦਾ ਪ੍ਰਬੰਧ ਕਰਨ ਲਈ, ਔਰ ਸਵੇਰੇ ਤੋਂ ਸ਼ਾਮ ਤਾਈਂ, ਚਾਹੇ ਸਨਿਚਰਵਾਰ ਹੈ, ਚਾਹੇ ਐਤਵਾਰ ਹੈ, ਚਾਹੇ ਸਾਰੇ ਦਿਨ ਅਸੀਂ ਉੱਥੇ ਹੁੰਦੇ ਹਾਂ ਚੰਡੀਗੜ੍ਹ ਦੇ ਵਿੱਚ, ਔਰ ਸਾਰੀ ਤੁਹਾਡੀ ਜਿਹੜੀ ਮੰਤਰੀ ਮੰਡਲ ਹੈ ਉੱਥੇ ਹੁੰਦਾ, ਔਰ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਔਕੜਾਂ ਨੇ ਸੂਬੇ ਦੇ ਵਿੱਚ ਪਹਿਲਾਂ ਹੀ ਅਸੀਂ ਇਹਨਾਂ ਨੂੰ ਖਤਮ ਕਰੀਏ ਜਿੰਨੀ ਜਲਦੀ ਅਸੀਂ ਕਰ ਸਕਦੇ ਹਾਂ। ਤਾਂ ਇਹ ਇਲੈਕਸ਼ਨਾਂ ਦੇ ਦੌਰਾਨ ਫਿਰ ਆਵਾਂਗੇ ਜ਼ਰੂਰ, ਲੇਕਿਨ ਹੁਣ ਤਕੜੇ ਹੋ। ਆਹ ਹੁਣੀ ਦੱਸੀ ਦਿਖਾਇਆ ਤੁਹਾਨੂੰ ਪੋਸਟਰ ਸਾਡੇ ਪ੍ਰਧਾਨ ਸਾਹਿਬ ਨੇ ਕਿ 2019 ਦਾ ਹੁਣ ਸਾਡਾ ਜੰਗ ਸ਼ੁਰੂ ਹੋ ਗਿਆ, ਬਿਊਗਲ ਵੱਜ ਗਿਆ, ਇਕੱਠੇ ਹੋ, ਤਕੜੇ ਰਹੋ, ਔਰ ਪੰਜਾਬ ਤੋਂ 13 ਦੀ 13 ਸੀਟਾਂ ਦਈਏ। ਇੱਕ ਤਾਂ ਇਹਨਾਂ ਨੇ ਅਕਾਲੀਆਂ ਨੂੰ ਸਬਕ ਸਿਖਾ ਦਈਏ, ਔਰ ਦੂਜਾ ਸਾਡੀ ਸਰਕਾਰ ਸਾਡੀ ਪਾਰਟੀ ਵਾਸਤੇ 13 ਸੀਟਾਂ ਜੋ ਦਿੱਲੀ ਆ ਜਾਣਗੀਆਂ ਉਹ ਦੇ ਨਾਲ ਸਾਡੀ ਸਰਕਾਰ ਬਣਾਉਣੀ ਸਾਨੂੰ ਆਸਾਨ ਹੋ ਜੂ। ਤੋ ਇਹੀ ਮੇਰੀ ਅੱਜ ਬੇਨਤੀ ਸੀ। ਅੱਜ ਮੈਂ ਧੰਨਵਾਦੀ ਹਾਂ ਤੁਹਾਡਾ, ਔਰ ਮੈਂ ਚਾਹੁੰਦਾ ਬੜੀ ਔਖੜਾ ਕੱਟ ਕੇ ਤੁਸੀਂ ਆਏ ਹੋ, ਬੱਸਾਂ ਹਾਲੇ ਵੀ ਖੜੀਆਂ ਨੇ, ਹੁਣ ਵੀ ਤੁਸੀਂ ਕਦੇ ਤੁਰ ਕੇ ਕਾਫੀ ਦੂਰ ਜਾਣਾ, ਬਸ ਧੰਨਵਾਦ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਆਪਣਾ ਕੰਮ ਛੱਡ ਕੇ ਅੱਜ ਪਹੁੰਚਿਓ, ਔਰ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੁਸੀਂ ਦੇਖ ਰਹੇ ਹੋ ਪਟਿਆਲਾ ਟੀਵੀ। ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ। ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ।